ਕਰ ਸਕਦੇ ਮੇਰੇ ਵੀਰੋ। ਇਸ ਕਰਕੇ ਸਾਨੂੰ ਆਪਣੀ ਮਰਿਆਦਾ ਜਿਹੜੀ ਉਹ ਕਾਇਮ ਰੱਖਣੀ ਚਾਹੀਦੀ ਆ। ਸੋ ਇਸ ਵਕਤ ਤੁਸੀਂ ਰੇਲਵੇ ਸਟੇਸ਼ਨ ਫਿਰੋਜ਼ਪੁਰ ਛਾਉਣੀ ਤੋਂ ਤਸਵੀਰਾਂ ਦੇਖ ਰਹੇ ਜੇ, ਜਿਹੜਾ ਅੱਜ ਰੇਲ ਰੋਕੂ ਅੰਦੋਲਨ, ਰੇਲਾਂ ਦਾ ਚੱਕਾ ਜਾਮ ਜਿਹੜਾ ਫਿਰੋਜ਼ਪੁਰ ਰੇਲਵੇ ਸਟੇਸ਼ਨ ਤੋਂ ਤੁਸੀਂ ਦੇਖ ਰਹੇ ਹੋ, ਲਾਈਵ ਕਵਰੇਜ ਦੇਖ ਰਹੇ ਹੋ ਅੱਜ। ਸੋ ਉੱਥੇ ਇਸ ਟਾਈਮ ਜਿਹੜਾ 12 ਵਜੇ ਤੋਂ ਲੈ ਕੇ 4 ਵਜੇ 'ਤੇ ਧਰਨਾ ਚੱਲ ਰਿਹਾ, ਰੇਲਾਂ ਦਾ ਚੱਕਾ ਜਾਮ ਕੀਤਾ ਗਿਆ। ਸੋ ਉਸ ਦੇ ਵਿੱਚ ਇੱਕ ਛੋਟੀ ਜਿਹੀ ਬ੍ਰੇਕ ਲੱਗ ਗਈ ਇਸ ਟਾਈਮ, ਜਿਹੜੀ ਕਿਸਾਨਾਂ ਮਜ਼ਦੂਰਾਂ ਵੱਲੋਂ ਇੱਕ ਸੰਗਤ ਵੱਲੋਂ ਪੰਗਤ ਦੇ ਵਿੱਚ ਬੈਠ ਕੇ ਬੜੇ ਵਧੀਆ ਤਰੀਕੇ ਨਾਲ ਸ਼ਾਸਿਤ ਤਰੀਕੇ ਦੇ ਨਾਲ ਪ੍ਰਸ਼ਾਦਾ ਛਕਿਆ ਜਾ ਰਿਹਾ। ਤੁਸੀਂ ਲਾਈਵ ਤਸਵੀਰਾਂ ਦੇਖ ਸਕਦੇ ਕਿ ਪੂਰੇ ਜਾਬਤੇ ਦੇ ਵਿੱਚ ਜੋ ਕਿਸਾਨ ਜਥੇਬੰਦੀਆਂ ਦਾ, ਮਜ਼ਦੂਰ ਜਥੇਬੰਦੀਆਂ ਦਾ ਜੋ ਇੱਕ ਅਨੁਸ਼ਾਸਨ ਹੁੰਦਾ, ਇੱਕ ਅਨੁਸ਼ਾਸਨ ਹੁੰਦਾ, ਉਸ ਨੂੰ ਮੁੱਖ ਰੱਖਦਾ ਹੋਇਆ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਰੇਲਵੇ ਸਟੇਸ਼ਨ ਫਿਰੋਜ਼ਪੁਰ ਛਾਉਣੀ। ਮੈਂ ਗੁਰਸੇਵਕ ਸਿੰਘ ਧਾਰੀਵਾਲ, ਬਲਾਕ ਪ੍ਰਧਾਨ ਮਮਦੋਟ, ਬੀ ਕੇ ਯੂ ਸਿੱਧੂਪੁਰ। ਅੱਜ ਅਸੀਂ ਪਿਛਲੀ 13 ਤਰੀਕ ਤੋਂ ਜਦੋਂ ਦਾ ਅਸੀਂ ਅੰਦੋਲਨ ਸ਼ੁਰੂ ਕੀਤਾ, ਉਸ ਤੋਂ ਪਹਿਲਾਂ ਦਾ ਜਿਵੇਂ ਹਰਿਆਣਾ ਖੱਟਰ ਸਰਕਾਰ ਨੇ ਪੰਜਾਬ ਦੇ ਅਤੇ ਹਰਿਆਣੇ ਦੇ ਬਾਰਡਰਾਂ ਦੇ ਵੱਡੇ ਵੱਡੇ ਬੈਰੀਕੇਡ ਕਰਕੇ ਅਤੇ ਪੰਜਾਬ ਦੇ ਅੰਦੋਲਨ ਨੂੰ ਉੱਥੇ ਰੋਕ ਲਿਆ। ਦਿੱਲੀ ਜਾਣਾ ਚਾਹੁੰਦੇ ਸੀ ਪੰਜਾਬ ਦੇ ਕਿਸਾਨ, ਹਰਿਆਣੇ ਦੇ ਵਿੱਚ 1144 ਵਰਗੇ ਹਾਲਾਤ ਬਣਾ ਕੇ ਆਰਮੀ ਕਰਕੇ ਲੋਕਾਂ ਨੂੰ ਘਰੋਂ ਬਾਹਰ ਨਹੀਂ ਕੱਢਿਆ ਜਾ ਰਿਹਾ। ਅਸੀਂ ਸਾਡੀਆਂ ਮੁੱਖ ਮੰਗਾਂ ਇਹ ਹੈ ਕਿ MSP ਕਾਨੂੰਨ ਦੀ ਗਰੰਟੀ, ਸਵਾਮੀਨਾਥ ਕਮਿਸ਼ਨ ਰਿਪੋਰਟ ਅਤੇ ਕਿਸਾਨਾਂ ਦਾ ਟੋਟਲ ਕਰਜ਼ਾ ਮਾਫੀ, ਇਹ ਸਾਡੀਆਂ ਮੰਗਾਂ ਨੇ। ਪਰ ਜਿਹੜੀ ਸੈਂਟਰ ਸਰਕਾਰ ਹੈ ਉਹ ਕਿਤੇ ਨਾ ਕਿਤੇ WTO ਦੇ ਵਿੱਚ ਫਸੀ ਹੋਈ, ਉਹਨਾਂ ਦਾ WTO ਵਰਲਡ ਬੈਂਕ ਦਾ ਸਾਥ ਦੇ ਕੇ, ਵੱਡੇ ਕੋਆਪਰੇਟ ਘਰਾਣਿਆਂ ਦਾ ਸਾਥ ਦੇ ਕੇ, ਜਿਹੜੇ ਆ ਕਿ ਕਿਸਾਨਾਂ ਨੂੰ ਲਗਾਤਾਰ ਲਈ ਕਰਜ਼ਾਈ ਦਿਨੋਂ ਦਿਨ ਕਰਕੇ ਉਹਨਾਂ ਦੀ ਜ਼ਮੀਨ 'ਤੇ ਅੱਖ ਰੱਖੀ ਹੋਈ ਹੈ ਵੀ ਕਿਸ ਤਰ੍ਹਾਂ ਇਹਨਾਂ ਤੋਂ ਜ਼ਮੀਨ ਲੈ ਕੇ ਉਹ ਕੋਆਪਰੇਟ ਘਰਾਣਿਆਂ ਨੂੰ ਦੇਣੀ ਆ। ਇਹ ਸਾਡੀ ਜਿਹੜੀ ਆ ਮੁੱਖ ਮੰਗਾਂ ਨੂੰ ਲੈ ਕੇ ਲੜਾਈ ਹੈ। ਅੱਜ ਜਿਹੜਾ ਧਰਨਾ ਸੀ 12 ਤੋਂ 4 ਸੀਗਾ। ਇਸ ਤੋਂ ਵੀ ਅੱਗੇ ਤੁਹਾਨੂੰ ਵੱਧਦੇ ਹਾਂ ਕਿ ਪੰਜਾਬ ਸਰਕਾਰ ਦਾ ਜਿਹੜਾ ਰਵੱਈਆ ਉਹ ਬੜਾ ਮਾੜਾ ਹੈ। ਸ਼ੁਭਕਰਨ ਦੀ ਮੌਤ 'ਤੇ ਸਾਨੂੰ ਰੋਡ ਜਾਮ ਕਰਕੇ ਫਿਰ ਜਿਹੜੀ ਉਹਦੀ FIR ਦਰਜ ਕਰਾਉਣੀ ਪਈ। ਉਸ ਤੋਂ ਬਾਅਦ ਜਿਹੜੇ ਅੱਜ ਤੱਕ ਵੀ ਜਿਹੜਾ ਪੰਜਾਬ ਸਰਕਾਰ ਨੂੰ ਜਦ ਤੱਕ ਅਸੀਂ ਦੁਬਾਰਾ ਰੋਜ ਪ੍ਰਦਰਸ਼ਨ ਨਹੀਂ ਕਰਾਂਗੇ, ਸਾਨੂੰ ਨਹੀਂ ਲੱਗਦਾ ਵੀ ਉਹ ਅਗਲੀ ਇਨਵੈਸਟੀਗੇਸ਼ਨ ਵਧਾ ਕੇ ਜਿਹੜੇ ਉਹ ਬੰਦਿਆਂ ਨੂੰ ਨਾਮਜ਼ਦ ਕਰਨ, ਜਿਨ੍ਹਾਂ ਨੇ ਉਹਨੂੰ ਗੋਲੀ ਮਾਰੀ ਆ। 12 ਬੋਰ ਦੀਆਂ ਗੋਲੀਆਂ, 315 ਦੀਆਂ ਰਾਡਕ ਇੱਕ ਜਾਏ ਜਿਹੜੇ ਉੱਤੇ ਬੰਬ ਸੁੱਟੇ ਜਾਣੇ, ਲਗਾਤਾਰ ਲਈ ਅਸਰੂ ਗਾਏ ਦੇ ਗੋਲੇ ਸੁੱਟੇ ਜਾਣੇ, ਸ਼ਾਂਤਮਈ ਕਿਸਾਨਾਂ ਦੇ ਬੈਠੇ ਹਾਂ। ਔਰ ਖੇਤਾਂ ਦੇ ਵਿੱਚ ਤੁਸੀਂ ਵੀਡੀਓ ਵੇਖੀ ਹੋਣੀ ਆ ਵੀ ਬਿਨਾਂ ਵਰਦੀ ਧਾਰੀ ਜਿਹੜੇ ਫੌਜੀ ਸੀਗੇ ਉਹਨਾਂ ਨੂੰ ਸਰਕਾਰੀ ਹਥਿਆਰ ਦੇ ਕੇ ਕਿਸਾਨਾਂ 'ਤੇ ਗੋਲੀਆਂ ਮਰਵਾਈਆਂ ਜਾਣੀਆਂ, ਬੜੀਆਂ ਨਿੰਦਣਯੋਗ ਗੱਲਾਂ ਨੇ। ਦੇਖੋ ਪੂਰੇ ਭਾਰਤ ਦਾ ਅੰਦੋਲਨ ਹੈ, ਅੱਜ ਪੂਰੇ ਭਾਰਤ ਦੇ ਵਿੱਚ ਟ੍ਰੇਨਾਂ ਰੋਕੀਆਂ ਗਈਆਂ। ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਲੋਕ ਜਿਹੜੀਆਂ ਸੱਜੇ ਖੱਬੀ ਕਈ ਯੂਨੀਅਨ ਆ ਉਹ ਕਹਿੰਦੇ ਆ ਜੀ ਇਹ 2 ਜਥੇਬੰਦੀਆਂ ਦਾ ਅੰਦੋਲਨ, 2 ਦਾ ਨਹੀਂ ਆ, ਪੂਰੀ 200 ਜਥੇਬੰਦੀਆਂ ਦਾ ਅੰਦੋਲਨ ਹੈ। ਸਰਕਾਰ ਨੂੰ ਬੇਨਤੀ ਆ ਕਿ ਜਰਾ ਆਰਮੀ ਜੀ ਆਪਦੀ ਹਟਾ ਕੇ ਵੇਖੋ, ਫਿਰ ਪਤਾ ਲੱਗੂਗਾ ਕਿ ਅੱਗੇ ਨੂੰ ਵੱਡਾ ਅੰਦੋਲਨ ਹੈ ਕਿ ਛੋਟਾ। ਲੋਕਾਂ ਨੂੰ ਘਰਾਂ ਦੇ ਵਿੱਚ ਤਾੜ ਕੇ ਤੁਸੀਂ ਸਾਬਤ ਕੀ ਕਰਨਾ ਚਾਹੁੰਦੇ ਜੋ ਲੋਕ ਦੱਬਿਆ ਦੱਬਦੇ ਨਹੀਂ ਹੁੰਦੇ, ਜਿੰਨਾ ਦਬਾਓਗੇ ਉਹਨਾਂ ਲੋਕ ਜਿਹੜਾ ਥੱਲਿਓਂ ਜ਼ਿਆਦਾ ਉੱਠਣਗੇ, ਉਹਨਾਂ ਵਿਰੋਧ ਕਰਨਗੇ, ਆਪਦੀਆਂ ਹੱਕੀ ਮੰਗਾਂ ਜਿਹੜੀਆਂ ਲੈ ਕੇ ਰਹਿਣਗੇ। ਵੇਖੋ ਜੀ, ਇੱਕ ਵਾਰੀ BJP ਗੱਲ ਦੀ, ਮੈਂ ਕਿਸਾਨਾਂ ਦੇ ਨਾਲ ਹਾਂ। ਦੂਜੇ ਪਾਸੇ BJP ਦੇ ਲੀਡਰ 'ਚ ਆਪਣੇ ਆਹ ਵੇਖ ਲਈਏ, ਆਪਣੇ ਸੁਨੀਲ ਜਾਖੜ ਜੀ ਵਰਗੇ
ਇਹ ਬਿਆਨ ਦੇ ਰਹੇ ਵੀ ਪੰਜਾਬ ਹਰਿਆਣੇ ਨੂੰ ਤਾਂ ਪਹਿਲਾਂ ਹੀ MSP ਮਿਲ ਰਹੀ ਹੈ, ਇਹ ਇਕੱਲੇ ਰੌਲਾ ਪਾਉਂਦੇ ਨੇ ਵੀ ਇਕੱਲੇ ਪੰਜਾਬ ਦੇ ਲੋਕ ਰੌਲਾ ਪਾਉਂਦੇ, ਬਾਕੀ ਰੌਲਾ ਨਹੀਂ ਪਾਉਂਦੇ। ਜੇ ਪੰਜਾਬ ਦੇ ਲੋਕ ਇਕੱਲੇ ਰੌਲਾ ਪਾਉਂਦੇ ਨੇ, ਹਰਿਆਣੇ ਵਿੱਚ ਇੰਨੀ BSF ਲਾ ਕੇ, ਆਰਮੀ ਲਾ ਕੇ, ਬਾਰਡਰ ਸਿਕਿਉਰਿਟੀ ਫੋਰਸ ਲਾਈ ਆ ਉੱਥੇ, CRP ਲਾਈ ਆ, ਉਹ ਕਿਉਂ ਲਾਈ ਆ? ਤੁਸੀਂ ਜਾ ਕੇ ਪਿੰਡਾਂ ਜਾ ਕੇ ਹਾਲਾਤ ਵੇਖੇ ਨੇ, ਹਰ ਪਿੰਡ ਵਿੱਚ ਹਰ ਚੌਂਕ ਦੇ ਵਿੱਚ 15-20 ਜਵਾਨ ਇਹਨਾਂ ਨੇ ਫੌਜ ਦੇ ਪੁਲਿਸ ਦੇ ਖਿਲਾਰੇ ਨੇ, ਕਿਸੇ ਬੰਦੇ ਨੂੰ ਬਾਹਰ ਨਿਕਲ ਨਹੀਂ ਦਿੱਤਾ ਜਾ ਰਿਹਾ। ਜੇ ਕੋਈ ਬਾਹਰ ਜਾਂਦਾ ਹੈ ਉਹਨੂੰ ਕਿਹਾ ਤੁਹਾਡੇ ਪਾਸਪੋਰਟ ਰੱਦ ਕਰ ਦਿਆਂਗੇ, ਤੁਹਾਡੇ ਬੱਚਿਆਂ ਦੇ ਪਰਚੇ ਕਰ ਦਿਆਂਗੇ, ਕਿਸੇ ਬੱਚੇ ਨੂੰ ਬਾਹਰ ਨਹੀਂ ਆਉਣ ਦਿੰਦਾ। ਜੇ ਇਕੱਲੇ ਪੰਜਾਬ ਦਾ ਇਹ ਸਮਝਦੇ ਨੇ ਅੰਦੋਲਨ, ਇੱਕ ਦਿਨ ਹਰਿਆਣੇ ਨੂੰ ਛੱਡ ਦੇਣ ਖੁੱਲ੍ਹਾ, ਅਤੇ ਤੁਹਾਨੂੰ ਇਹ BJP ਸਰਕਾਰ ਨੂੰ ਹਰਿਆਣਾ ਇਕੱਲਾ ਵਿਖਾ ਦੂਗਾ ਵੀ ਇਹ ਕਿਸ ਤਰ੍ਹਾਂ ਇਹ ਅੰਦੋਲਨ ਸਾਰੇ ਦੇਸ਼ ਦਾ ਕਿ ਇਕੱਲੇ ਪੰਜਾਬ ਦਾ ਹੈ। ਅੱਜ ਵੇਖੋ ਇਕੱਲੇ ਤਾਮਿਲਨਾਡੂ ਵਿੱਚ 100 ਪੁਆਇੰਟ 'ਤੇ ਰੇਲਾਂ ਰੋਕੀਆਂ ਗਈਆਂ ਨੇ, ਕਿਉਂ? ਇਸੇ ਜਨ ਅੰਦੋਲਨ ਬਣ ਗਿਆ ਪੂਰੇ ਹਿੰਦੁਸਤਾਨ ਦਾ, ਇਹ ਇਕੱਲੇ ਪੰਜਾਬ ਦਾ ਅੰਦੋਲਨ ਨਹੀਂ ਹੈ। ਜੇ ਆਪਾਂ ਨੂੰ MSP ਮਿਲਣੀ ਹੈ ਪੂਰੇ ਇੰਡੀਆ ਨੂੰ ਮਿਲਣੀ ਹੈ, ਜੇ ਆਪਾਂ ਨੂੰ ਸਵਾਮੀਨਾਥ ਦੀ ਰਿਪੋਰਟ ਲਾਗੂ ਹੋਣੀ ਹੈ ਪੂਰੀ ਇੰਡੀਆ ਵਿੱਚ ਹੋਣੀ ਹੈ। ਜੇ ਅਸੀਂ ਸਾਰੀ ਮੰਗ ਇਹੋ ਕਰਦੇ ਹਾਂ ਪੂਰੇ ਜਿੰਨੇ ਦੇਸ਼ ਦੇ ਕਿਸਾਨ ਨੇ ਉਹਨਾਂ ਦਾ ਕਰਜ਼ਾ ਮੁਕਤੀ ਕੀਤੀ ਜਾਵੇ। ਇਕੱਲੇ ਪੰਜਾਬ ਦੀ ਅਸੀਂ ਨਹੀਂ ਕਹਿੰਦੇ, ਇਕੱਲੀ ਪੰਜਾਬ ਦੀ ਆ। ਕਈ ਲੋਕ ਕਹਿੰਦੇ ਡੱਲੇਵਾਲ ਅਤੇ ਆਪਣੇ ਉਹ ਆਪਣੇ ਸੰਘਰਸ਼ ਕਮੇਟੀ ਦੇ ਜਿਹੜੇ ਆਪਣੇ ਵੱਡੇ ਲੀਡਰ ਨੇ ਇਹਨਾਂ ਦਾ ਅੰਦੋਲਨ ਬਣ ਗਿਆ, ਪਰ ਮੈਂ ਉਹਨਾਂ ਲੋਕਾਂ ਨੂੰ ਪੁੱਛਣਾ ਚਾਹੁੰਦਾ ਜਿਹੜੇ ਕਿਸਾਨ ਦਾ ਖਾ ਕੇ ਅੱਜ ਕਿਸਾਨਾਂ ਦੇ ਵਿਰੁੱਧ ਹੋ ਗਏ, ਕਿਸਾਨਾਂ ਦੀ ਮਦਦ ਨਹੀਂ ਕਰ ਰਹੇ। ਮੈਂ ਉਹਨਾਂ ਨੂੰ ਕਿਸਾਨ ਨਹੀਂ ਸਮਝਦਾ, ਕਿਸਾਨ ਜਥੇਬੰਦੀਆਂ ਨੂੰ ਸਾਰਿਆਂ ਨੂੰ ਅਪੀਲ ਕਰਦੇ ਹਾਂ, ਇਹ ਕਿਸੇ ਡੱਲੇਵਾਲ ਦਾ ਧਰਨਾ ਨੀਗਾ, ਕਿਸੇ ਸੰਘਰਸ਼ ਕਮੇਟੀ ਦਾ ਧਰਨਾ ਨੀਗਾ, ਇਹ ਕਿਸਾਨਾਂ ਦਾ ਧਰਨਾ ਹੈ। ਸਾਰੇ ਲੋਕਾਂ ਨੂੰ ਇਹ ਅਪੀਲ ਹੈ, ਵੱਧ ਚੜ ਕੇ ਖਨੌਰੀ ਬਾਰਡਰ 'ਤੇ, ਸੰਘੂ ਬਾਰਡਰ 'ਤੇ ਅਤੇ ਡੱਬ ਵਾਲੀ ਬਾਰਡਰ 'ਤੇ ਵੱਧ ਚੜ ਕੇ ਲੋਕੋ ਜਾਓ। ਜਿਨ੍ਹਾਂ ਦੀ ਜਾਗਦੀ ਜ਼ਮੀਰ ਹੈ ਉਹ ਜਾਣਗੇ, ਜਿਨ੍ਹਾਂ ਦੀ ਜ਼ਮੀਨਾਂ ਮਰ ਗਈਆਂ ਬੇਸ਼ੱਕ ਨਾ ਜਾਣ, ਪਰ ਇਹ ਅੰਦੋਲਨ ਜਨ ਅੰਦੋਲਨ ਬਣ ਗਿਆ ਹੈ। ਇਹ ਜਿੱਤਣ ਤੋਂ ਬਗੈਰ ਅਸੀਂ ਵਾਪਸ ਨਹੀਂ ਆਉਣਾ, ਚਾਹੇ ਸਾਨੂੰ ਕਿੰਨਾ ਟਾਈਮ ਮਰਜ਼ੀ ਲੱਗ ਜਾਵੇ। ਇਸੇ ਵਾਰ ਸਭ ਨੂੰ ਅਪੀਲ, ਦੁਬਾਰਾ ਫਿਰ ਅਪੀਲ ਕਰਦੇ ਹਾਂ ਵੀ ਤੁਸੀਂ ਵੱਧ ਚੜ ਕੇ ਇਹ ਅੰਦੋਲਨ 'ਚ ਹਿੱਸਾ ਬਣੋ, ਅਤੇ ਸਾਡੀਆਂ ਮਾਵਾਂ ਭੈਣ ਨੂੰ ਅਪੀਲ ਕਰਦੇ ਹਾਂ ਵੀ ਸਾਡੀਆਂ ਭੈਣਾਂ ਨੇ ਵੱਧ ਚੜ ਕੇ, ਅਸੀਂ ਆ ਉੱਥੇ ਖਨੌਰੀ ਬਾਰਡਰ 'ਤੇ ਮਹਿਲਾ ਦਿਵਸ ਮਨਾਇਆ, ਤੁਸੀਂ ਵੇਖੀ ਖਬਰ 'ਚ ਵੇਖੀ ਹੋਊਗੀ, ਲੱਖਾਂ ਦੇ ਲੋਕ, 50-60 ਲੱਖ ਬੰਦਾ ਦੇ ਕਰੀਬ ਔਰਤਾਂ ਸਾਡੀਆਂ, ਮਾਵਾਂ ਭੈਣਾਂ ਸਾਡੀਆਂ ਉੱਥੇ ਗਈਆਂ। ਇਸ ਅੰਦੋਲਨ ਨੂੰ ਅਸੀਂ ਇੰਨਾ ਵੱਡਾ ਕੀਤਾ, ਇਸ ਵਾਸਤੇ ਦੁਬਾਰਾ ਫਿਰ ਸਾਰਾ ਅਪੀਲ ਕਰਦੇ ਹਾਂ, ਇਹ ਕਿਸੇ ਇੱਕ ਦਾ ਅੰਦੋਲਨ ਨੀਗਾ, ਇਹ ਜਨ ਅੰਦੋਲਨ ਹੈ, ਪੂਰੇ ਆਪਣੇ ਹਿੰਦੁਸਤਾਨ ਦਾ ਅੰਦੋਲਨ ਹੈ, ਪੂਰੇ ਇੰਡੀਆ ਵਾਸਤੇ ਆ। ਇਸ ਲਈ ਸਾਰੇ ਹੀ ਕਿਸਾਨਾਂ ਨੂੰ ਅਪੀਲ ਕਰਦੇ ਹਾਂ, ਵੱਧ ਚੜ ਕੇ ਬਾਰਡਰਾਂ 'ਤੇ ਜਾਓ ਅਤੇ ਆਪਾਂ ਇਸ ਸੰਘਰਸ਼ ਨੂੰ ਕਾਮਯਾਬ ਬਣਾਈਏ। ਇਹ ਜਿਹੜਾ ਧਰਨਾ ਦਿੱਤਾ ਜਾ ਰਿਹਾ, ਸੰਯੁਕਤ ਮੋਰਚਾ ਗੈਰ ਰਾਜਨੀਤਿਕ ਵੱਲੋਂ ਦਿੱਤਾ ਜਾ ਰਿਹਾ, ਇਹ ਅੱਜ ਜਿਹੜੇ ਜਿੰਨੇ ਟ੍ਰੇਨਾਂ ਬੰਦ ਕੀਤੀਆਂ ਪੂਰੇ ਭਾਰਤ 'ਚ ਬੰਦ ਕੀਤੀਆਂ ਜਾ ਰਹੀਆਂ, ਇਹ ਬੰਦ ਕਿਉਂ ਕੀਤੇ ਜਾ ਰਿਹਾ? ਕਿਉਂਕਿ ਜਿਹੜੀ ਸਰਕਾਰ ਆ ਸਾਡੀ, ਜਿਸ ਤਰ੍ਹਾਂ ਜਦੋਂ ਕੋਰੋਨਾ ਕਾਲ ਆਈ ਸੀਗੀ, ਕੋਰੋਨਾ ਕਾਲ ਦੇ ਨਾਲ ਕੋਈ ਵੀ ਇੰਡਸਟਰੀ ਜਾਂ ਦੁਕਾਨ ਤਰ੍ਹਾਂ ਬੰਦ ਸੀਗੀਆਂ, ਕਿਉਂਕਿ ਜਿਹੜੇ ਵੱਡੇ ਕਰਾਣੇ ਕਾਰਪੋਰੇਟ ਕਰਾਣੇ ਚਾਹੁੰਦੇ ਆ ਵੀ ਜਿਹੜੀ ਕਣਕ ਇਹੀ ਚੀਜ਼ ਹੈ, ਫਸਲ ਇਹੀ ਚੀਜ਼ ਹੈ, ਜ਼ਮੀਨ ਇਹੀ ਚੀਜ਼ ਹੈ, ਕਿਉਂਕਿ ਜੇ ਇਹਨਾਂ 'ਤੇ ਅਸੀਂ ਕਬਜ਼ਾ ਕਰ ਲਈਏ ਤਾਂ ਪੂਰੇ ਭਾਰਤ ਨੂੰ ਹੀ ਕਵਰ ਕੀਤਾ ਜਾ ਸਕਦਾ ਹੈ। ਇਸ ਕਰਕੇ ਇਹ ਲੋਕ ਸਾਡੀ ਜ਼ਮੀਨਾਂ ਨੂੰ ਖੋਣ ਦੇ ਲਈ MSP ਦਾ ਕਾਨੂੰਨ ਬਣਾਉਣਾ ਚਾਹੁੰਦੇ, ਸਰਕਾਰ ਤੋਂ MSP ਦਾ ਕਾਨੂੰਨ ਬਣਾਉਣਾ ਚਾਹੁੰਦੇ ਆ, ਸਵਾਮੀਨਾਥ ਦੀ ਰਿਪੋਰਟਾਂ ਰੇਟ ਲਾਉਣਾ ਚਾਹੁੰਦੇ ਆ, ਕਿਉਂਕਿ MSP ਆਪਣੇ ਕਿਉਂ ਜ਼ਰੂਰੀ ਹੈ? ਜੇ ਤਾਂ ਸਰਕਾਰੀ ਸਕੂਲ ਨੂੰ ਫੇਲ ਕਰਕੇ ਪ੍ਰਾਈਵੇਟ ਸਕੂਲ ਵਿੱਚ ਸਾਡਾ ਕੋਈ ਬੱਚਾ ਨਹੀਂ ਬੰਦਾ ਪੜ੍ਹਾ ਸਕਦਾ, ਜਿਸ ਤਰ੍ਹਾਂ ਸਰਕਾਰੀ ਹਸਪਤਾਲ ਫੇਲ ਕੀਤੇ ਜਾ ਰਹੇ ਨੇ ਅਤੇ ਪ੍ਰਾਈਵੇਟ ਹਸਪਤਾਲ ਨੂੰ ਪ੍ਰਾਵਲਾ ਕੀਤਾ ਜਾ ਰਿਹਾ, ਉੱਥੇ ਬਾਰਾ ਬੰਦਾ ਇਲਾਜ ਨਹੀਂ ਕਰਾ ਸਕਦਾ, ਕਿਉਂਕਿ MSP ਜੇ ਦੇਖੋ ਲੜ ਇਕੱਲਾ ਕਿਸਾਨ ਰਿਹਾ, ਮੰਗਾਂ ਸਾਰੇ ਲੋਕਾਂ ਦੀਆਂ, ਛੋਟੇ ਵਪਾਰੀ ਦੀ ਮੰਗ ਹੈ, ਦੁਕਾਨਦਾਰ ਦੀ ਮੰਗ ਹੈ, ਮਜ਼ਦੂਰ ਦੀ ਮੰਗ ਹੈ, ਪਰ ਲੜ ਇਕੱਲਾ ਕਿਸਾਨ ਰਿਹਾ। ਵੀਰੋ ਅਸੀਂ ਅਪੀਲ ਕਰਦੇ ਸਾਰੇ ਲੋਕਾਂ ਨੂੰ, ਵੀਰੋ ਆਪਾਂ ਅੱਜ ਜਿਹੜਾ ਅੰਦੋਲਨ ਆ ਵੀਰੋ ਆਖਰੀ ਅੰਦੋਲਨ ਹੋਊਗਾ, ਕਿਉਂਕਿ ਆਪਾਂ ਇਸ ਅੰਦੋਲਨ ਨੂੰ ਜੇ ਜਿੱਤ ਕੇ ਵਾਪਸ ਮੁੜਨਾ ਉਹਨਾਂ ਚਿਰ ਕਿਸਾਨਾਂ ਨੇ ਵਾਪਸ ਨਹੀਂ ਮੁੜਨਾ, ਕਿਉਂਕਿ ਜਿਹੜੀ ਸਰਕਾਰ ਚਾਹੁੰਦੀ ਹੈ ਕਿ ਇਹਨਾਂ ਨੂੰ ਅੰਦੋਲਨ ਨੂੰ ਖਦੇੜਨ ਦੇ ਲਈ ਖੰਡੋਰੀ ਬਾਰਡਰ ਦੇ ਵਿੱਚ ਲਗਾਤਾਰ ਇਹਨਾਂ ਗੋਲੇ ਅੱਥਰੂ ਦੇ ਗੈਸ ਦੇ ਗੋਲੇ ਸੱਟੇ, ਕਿੰਨੇ ਜੋਖਾਂ ਨੂੰ ਸਿੱਧੀਆਂ ਗੋਲੀਆਂ 12 ਬੋਰ ਦੇ ਫਾਇਰ ਮਾਰੇ ਗਏ, ਸਾਡੇ ਸ਼ੁਭ ਪੀਰ ਨੂੰ ਉੱਥੇ ਸਿੱਧੇ ਆਪਣੇ ਪਿਸਤੌਲ ਦੀ ਪਿਸਟਲ ਦੀ ਗੋਲੀ ਨਾਲ ਮਾਰ ਕੇ ਸ਼ਹੀਦ ਕੀਤਾ ਗਿਆ, ਕਿਉਂਕਿ ਸਰਕਾਰਾਂ ਦਾ ਕੰਮ ਹੈ ਇਹਨਾਂ ਦਾ ਨਾ ਸਿੰਘੂ ਬਾਰਡਰ ਜਾਂ ਖੰਡੋਰੀ ਬਾਰਡਰ ਇਹੋ ਜਿਹਾ ਮਾਹੌਲ ਬਣਾਤਾ ਸੀ, ਜਿਸ ਕਰਕੇ ਅਸੀਂ ਕਿਸੇ ਚਾਈਨਾ ਜਾਂ ਹੋਰ ਦੇਸ਼ ਨਾਲ ਲੜਾਈ ਲੜ ਰਹੇ ਹਾਂ, ਇਹੋ ਜਿਹਾ ਮਾਹੌਲ ਬਣਾਇਆ ਸੀਗਾ। ਪਰ ਇਹ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ, ਤੁਸੀਂ ਭੁੱਲ ਜਾਓਗੇ ਜਦੋਂ ਵੀ ਲੋਕਾਂ ਸਾਡੇ ਇਹਨਾਂ ਲੋਕਾਂ ਨੇ ਆਜ਼ਾਦੀ ਲਈ ਹੈ ਉਦੋਂ ਵੀ ਲੋਕਾਂ ਨੇ ਸਿਰ ਦਿੱਤੇ ਹੈ,
ਕਿਉਂਕਿ ਸਿਰ ਦਾ ਹਰ ਕੌਮ ਨੂੰ ਜਦੋਂ ਆਪਾਂ ਕੋਈ ਵੀ ਆਜ਼ਾਦੀ ਲੈਣੀ ਜਾਂ ਸਰਕਾਰਾਂ ਦੇ ਪੱਗੇ ਰਹਿਣਾ ਉਦੋਂ ਸਿਰ ਦੇਣੇ ਪੈਂਦੇ ਆ, ਅਤੇ ਜਿਹੜੇ ਲੋਕ ਆ ਪਿੱਛੇ ਨਹੀਂ ਹਟਣਗੇ, ਜਿੰਨਾ ਤੁਸੀਂ ਦੋਨੋਂ ਨੂੰ ਦਬਾਓਗੇ ਦਬਾਇਆ ਨਹੀਂ ਜਾ ਸਕਦਾ, ਜਿੰਨਾ ਚਿਰ ਸਾਡੇ ਹੱਕੀ ਮੰਗਾਂ ਮੰਨੀਆਂ ਜਾਂਦੀਆਂ ਉਨ੍ਹਾਂ ਚਿਰ ਲੋਕ ਵਾਪਸ ਨਹੀਂ ਆਉਣਗੇ।